डेली पोस्ट पंजाबी देख रहे तमाम दर्शकों का मैं सुमन जेटली स्वागत करती हूँ। मेरे नाम मेरे सहयोगी रणबीर सिंह राणा। इस वेले की वड्डी खबर लैके असी हाजिर हाँ। पंजाबियों नूं मुख्यमंत्री चरणजीत सिंह चन्नी ने दिवाली का एक वड्डा तोहफा दिता है। कल चरणजीत सिंह चन्नी ने कहा कि मैं सोमवार शाम 4 बजे एक वड्डा गिफ्ट एक वड्डा इतिहासिक ऐलान करांगा। तो ऐलान हो चुका है। चरणजीत सिंह चन्नी ने 3 रुपए प्रति यूनिट की कटौती जो है बिजली घरेलू बिजली लैके एक वड्डा ऐलान किया है। विस्तार के रणबीर जानकारी सांझी करेंगे। मुलाजमान लैके भी वड्डा ऐलान किया गया पर दिवाली का जो एक तोहफा दिता गया। रणबीर मैं चाहूंगी कि तुसी विस्तार दे विच दसो जिहड़े 3 रुपए प्रति यूनिट की कटौती चरणजीत सिंह चन्नी वालों एक इतिहासिक जिहड़ा ऐलान किया गया। पंजाब जो कि सब तो महंगी बिजली तो हुण सब तो सस्ती बिजली देने वाला सूबा बन चुका है। बिल्कुल सुमन, जिस ढंग दे नाल सीएम चरणजीत सिंह चन्नी दे वालों अज ऐलान किया गया कि जिन्नियां भी यूनिटां ने उस दे विच 3 रुपए प्रति यूनिट की कटौती कर दी गई है। जे पहला रेट 1 तों 100 यूनिट का 4 रुपए 19 पैसे सीगा, जिहड़ा पहलियां 100 यूनिटां सीगियां उहदा रेट 4 रुपए 19 पैसे सीगा पंजाब दे विच, तां उह 3 रुपए सीधा घटा दिता गया ते हुण पहलियां 100 यूनिटां दा रेट है जिहड़ा ਉਹ 1 रुपए 19 पैसे रह गया। ਉਹਨੂੰ ਸੌਖੇ ਸ਼ਬਦਾਂ ਵਿੱਚ ਸਮਝਾਈਏ ਕਿ ਜੇ ਕਿਸੇ ਦਾ ਬਿੱਲ 419 ਰੁਪਏ ਆਉਂਦਾ ਸੀਗਾ ਤਾਂ ਹੁਣ ਉਹ ਬਿੱਲ ਸਿਰਫ 119 ਰੁਪਏ ਰਹਿ ਜਾਵੇਗਾ। ਤਾਂ ਵੱਡਾ ਫਾਇਦਾ ਜਿਹੜਾ ਹਰ ਕੰਜ਼ਿਊਮਰ ਨੂੰ ਫਾਇਦਾ ਹੋਣਾ ਹੈ, ਇਕੱਲਾ ਇਹ ਨਹੀਂ ਕਿ ਹੇਠਲੇ ਵਰਗ ਨੂੰ, ਉੱਪਰਲੇ ਵਰਗ ਨੂੰ, ਮੱਧ ਵਰਗ ਨੂੰ, ਇਸ ਦਾ ਫਾਇਦਾ ਹਰੇਕ ਵਰਗ ਨੂੰ ਹੋਣਾ। ਸੁਮਨ, ਜਿਸ ਢੰਗ ਦੇ ਨਾਲ ਤੁਸੀਂ ਦੇਖੋ ਕਿ ਇਹ ਜਿਹੜੀ ਸਲੈਬਸ ਨੇ ਇਹਦੇ ਵਿੱਚ ਸਲੈਬਸ ਦੇ ਵਿੱਚ ਯੂਨਿਟਾਂ ਸਸਤੀਆਂ ਕੀਤੀਆਂ ਗਈਆਂ ਨੇ। ਪਹਿਲੀਆਂ 100 ਯੂਨਿਟਾਂ 1 ਰੁਪਏ 19 ਪੈਸੇ ਦੀਆਂ ਰਹਿ ਗਈਆਂ ਨੇ ਅਤੇ ਉਸ ਤੋਂ ਜਿਹੜੀਆਂ ਅਗਲੀਆਂ ਯੂਨਿਟਾਂ ਨੇ 100 ਤੋਂ 300 ਰੁਪਏ, ਜਿਹਦਾ ਰੇਟ 7 ਰੁਪਏ ਸੀਗਾ, 7 ਰੁਪਏ 1 ਪੈਸੇ ਸੀਗਾ, ਉਹ ਘੱਟ ਕੇ 4 ਰੁਪਏ 1 ਪੈਸੇ ਰਹਿ ਗਿਆ ਜੀ। ਭਾਵ ਕਿ ਜੇ ਤੁਹਾਡਾ ਬਿੱਲ 700 ਰੁਪਏ ਆਉਂਦਾ ਸੀ ਤਾਂ 400 ਰੁਪਏ ਬਿੱਲ ਆਵੇਗਾ, ਇਸ ਤੋਂ ਵੀ ਘੱਟ ਆਵੇਗਾ। ਇਸੇ ਤਰ੍ਹਾਂ 300 ਤੋਂ 500 ਯੂਨਿਟਾਂ ਜਿਹਦੀਆਂ ਆਉਂਦੀਆਂ ਨੇ ਉਹ ਰੇਟ ਜਿਹੜਾ 5 ਰੁਪਏ 76 ਪੈਸੇ ਰਹਿ ਗਿਆ, ਜਦਕਿ ਪਹਿਲਾਂ ਇਹ ਰੇਟ 8 ਰੁਪਏ 76 ਪੈਸੇ ਸੀ। ਤਾਂ ਚਾਹੇ ਹੇਠਲਾ ਵਰਗ ਹੈ, ਚਾਹੇ ਮੱਧ ਵਰਗ ਹੈ, ਚਾਹੇ ਉੱਪਰਲਾ ਵਰਗ ਹੈ, ਸਾਰਿਆਂ ਨੂੰ ਇਸ ਦਾ ਫਾਇਦਾ ਹੋਣਾ ਹੈ। ਰਣਬੀਰ, ਇੱਕ ਕੱਲ ਤੋਂ ਜੋ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਮੁਫਤ ਬਿਜਲੀ ਮਿਲੇਗੀ ਜਾਂ ਸਸਤੀ ਬਿਜਲੀ ਮਿਲੇਗੀ, ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਅੱਜ ਦੀਵਾਲੀ ਦਾ ਤੋਹਫਾ ਦੇਣ ਤੋਂ ਪਹਿਲਾਂ। ਉਹਨਾਂ ਨੇ ਇੱਕ ਸਰਵੇ ਕਰਾਇਆ, ਪੰਜਾਬੀਆਂ ਦੀ ਰਾਏ ਜਾਣੀ ਹੈ। ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਮੁਫਤ ਬਿਜਲੀ ਨਾ ਦਿੱਤੀ ਜਾਏ ਪਰ ਸਸਤੀ ਬਿਜਲੀ ਦਿੱਤੀ ਜਾਏ। ਬਿਜਲੀ ਦੇ ਕੱਟ ਤੋਂ ਪਰੇਸ਼ਾਨ ਨੇ, ਫਲਕਚੁਏਸ਼ਨਸ ਤੋਂ ਜਿਹੜੇ ਲੋਕ ਪਰੇਸ਼ਾਨ ਨੇ, ਤਾਂ ਉਹਨਾਂ ਨੇ ਸਸਤੀ ਬਿਜਲੀ ਦੀ ਮੰਗ ਕੀਤੀ ਸੀ। ਹਾਲਾਂਕਿ ਪ੍ਰਪੋਜ਼ਲ ਇਹ ਵੀ ਸੀ ਕਿ 200 ਤੋਂ 300 ਯੂਨਿਟ ਬਿਜਲੀ ਜਿਹੜੀ ਹੈ ਉਹ ਮੁਫਤ ਦੇ ਸਕਦੇ ਨੇ ਚਰਨਜੀਤ ਸਿੰਘ ਚੰਨੀ, ਪਰ ਉਹਨਾਂ ਨੇ ਕਿਹਾ ਕਿ ਸਸਤੀ ਬਿਜਲੀ ਦੀ ਮੰਗ ਜਿਹੜੀ ਹੈ ਸਰਵੇ ਦੇ ਵਿੱਚ ਜ਼ਿਆਦਾ ਉੱਪਰ ਕੇ ਅੱਗੇ ਆਈ ਹੈ, ਇਸ ਕਰਕੇ ਫੈਸਲਾ ਗਿਆ। ਨਾਲ ਹੀ ਉਹਨਾਂ ਕਿਹਾ ਕਿ 7 ਕਿਲੋਵਾਟ ਤੋਂ ਵੱਧ ਵਾਲਿਆਂ ਨੂੰ ਇਹ ਰਾਹਤ ਨਹੀਂ ਮਿਲੇਗੀ। ਹਾਲਾਂਕਿ ਆਮ ਘਰਾਂ ਦੇ ਵਿੱਚ ਅਸੀਂ ਵੀ ਜਾਣਦੇ ਹਾਂ ਕਿ ਇੰਨੀ ਖਪਤ ਜਿਹੜੀ ਹੈ ਉਹ ਨਹੀਂ ਹੁੰਦੀ, 7 ਕਿਲੋਵਾਟ ਤਾਂ ਬਹੁਤ ਜ਼ਿਆਦਾ। ਬਿਲਕੁਲ, ਆਮ ਕਰਕੇ ਜਿਹੜਾ ਸੀਐਮ ਨੇ ਵੀ ਕਿਹਾ ਹੈ ਚਰਨਜੀਤ ਸਿੰਘ ਚੰਨੀ ਨੇ ਕਿ 95% ਲੋਕਾਂ ਨੂੰ ਇਸ ਨਾਲ ਸਿੱਧੇ ਤੌਰ ਤੇ ਫਾਇਦਾ ਹੋਵੇਗਾ, ਪਰ ਸਾਨੂੰ ਲੱਗਦਾ ਕਿ 80-90% ਲੋਕਾਂ ਨੂੰ ਸਿੱਧੇ ਤੌਰ ਤੇ ਇਸ ਨਾਲ ਫਾਇਦਾ ਜ਼ਰੂਰ ਹੋਵੇਗਾ। ਜਿਹੜਾ ਬਿੱਲ ਹੁਣ ਕਿਸੇ ਦਾ 5000 ਆਉਂਦਾ ਤਾਂ ਉਹ ਬਿੱਲ ਕਰੀਬ 2500 ਰੁਪਏ ਰਹਿ ਜਾਵੇਗਾ, ਕਿਉਂਕਿ ਪੰਜਾਬ ਦੇ ਵਿੱਚ ਮਹਿੰਗੀ ਬਿਜਲੀ ਨੂੰ ਲੈ ਕੇ ਵਿਰੋਧੀ ਧਿਰਾਂ ਸਵਾਲ ਚੁੱਕਦੀਆਂ ਰਹੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ। ਤਾਂ ਅਕਾਲੀ ਦਲ ਨੇ ਕਿਹਾ ਸੀ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ 400 ਯੂਨਿਟਾਂ ਪ੍ਰਤੀ ਮਹੀਨਾ ਮੁਫਤ ਕਰਾਂਗੇ। ਜੇ ਆਮ ਆਦਮੀ ਪਾਰਟੀ ਕਹਿੰਦੀ ਸਾਡੀ ਸਰਕਾਰ ਆਈ ਤਾਂ ਅਸੀਂ 300 ਯੂਨਿਟਾਂ ਮੁਫਤ ਕਰਾਂਗੇ, ਪਰ ਹੁਣ ਸੀਐਮ ਚਰਨਜੀਤ ਸਿੰਘ ਚੰਨੀ ਨੇ ਇਸ ਤੋਂ ਇੱਕ ਕਦਮ ਹੋਰ ਅੱਗੇ ਜਾਂਦਿਆਂ ਹੋਇਆ 3 ਰੁਪਏ ਪ੍ਰਤੀ ਯੂਨਿਟ ਜਿਹੜੀ ਆ ਉਹ ਬਿਜਲੀ ਸਸਤੀ ਕਰ ਦਿੱਤੀ ਹੈ, ਜਿਸ ਦੇ ਨਾਲ ਕਿਹਾ ਜਾ ਰਿਹਾ ਕਿ ਵੱਡਾ ਫਾਇਦਾ ਜਿਹੜਾ ਹੋਵੇਗਾ। ਪਰ ਇੱਕ ਸਵਾਲ ਇਹਦੇ ਵਿੱਚ ਜ਼ਰੂਰ ਆਇਆ ਹੈ ਕਿ ਜਿਹੜਾ ਬਿੱਲ ਹੈ ਪੰਜਾਬ ਦੇ ਵਿੱਚ ਉਹ 2 ਮਹੀਨਿਆਂ ਦਾ ਆਉਂਦਾ ਹੈ, ਤੇ 2 ਮਹੀਨਿਆਂ ਦੇ ਕਾਰਨ ਸੁਮਨ ਖਪਤ ਜਿਹੜੀ ਹੈ ਜੇ ਕਿਸੇ ਦੀ ਪ੍ਰਤੀ ਮਹੀਨਾ 300 ਯੂਨਿਟ ਹੈ ਤਾਂ 2 ਮਹੀਨੇ ਦੀ 600 ਯੂਨਿਟ ਹੋ ਜਾਂਦੀ ਹੈ। ਜੇ ਬਿੱਲ 1 ਮਹੀਨੇ ਦਾ ਆਉਂਦਾ ਹੈ ਤਾਂ ਉਹਨੂੰ ਜ਼ਿਆਦਾ ਫਾਇਦਾ ਹੋਣ ਦੀ ਸੰਭਾਵਨਾ ਹੈਗੀ ਹੈ। ਤਾਂ ਇਹਦੇ ਵਿੱਚ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਇਸ 'ਤੇ ਵਿਚਾਰ ਕਰਾਂਗੇ, ਪਰ ਇਹ ਫੈਸਲਾ ਅੱਜ ਤੋਂ ਹੀ ਲਾਗੂ ਹੋ ਗਿਆ, ਇਹ ਵੱਡੀ ਗੱਲ ਹੈ। ਇਹ ਨਹੀਂ ਨਵੀਆਂ ਦਰਾਂ ਜਿਹੜੀਆਂ ਨੇ ਉਹ ਲਾਗੂ ਕਰਨ ਦੇ ਹੁਕਮ ਚਰਨਜੀਤ ਸਿੰਘ ਚੰਨੀ ਨੇ ਜਾਰੀ ਕਰ ਦਿੱਤੇ। ਬਿਲਕੁਲ ਇਹ ਨਹੀਂ ਕਿ ਅੱਜ ਫੈਸਲਾ ਹੋਇਆ ਫਿਰ ਆਉਣ ਵਾਲੇ ਸਮੇਂ 'ਚ ਨੋਟੀਫਿਕੇਸ਼ਨ ਹੋਵੇਗਾ ਫਿਰ, ਤਾਂ ਇਸ ਤਰ੍ਹਾਂ ਨਹੀਂ ਹੈ ਜੀ ਜੀ। ਇਹ ਅੱਜ ਤੋਂ ਹੀ ਜਿਹੜਾ ਫੈਸਲਾ ਇਹ ਲਾਗੂ ਹੋਵੇਗਾ। ਜਿਹੜਾ ਬਿੱਲ ਹੁਣ ਆਵੇਗਾ ਬਿਜਲੀ ਬੋਰਡ ਦੇ ਵੱਲੋਂ ਤੁਹਾਨੂੰ ਉਸ ਦੇ ਵਿੱਚ ਜਿਹੜੀ ਪ੍ਰਤੀ ਯੂਨਿਟ ਬਿਜਲੀ ਆ ਉਹ 3 ਰੁਪਏ ਸਸਤੀ ਮਿਲੇਗੀ। ਹਾਲਾਂਕਿ ਸਲੈਬਸ ਨੇ 1 ਤੋਂ 100 ਤੱਕ ਦੀ ਸਲੈਬ ਹੈ, 100 ਤੋਂ 300 ਤੱਕ ਦੀ ਹੈ, 300 ਤੋਂ 500 ਤੱਕ ਦੀ ਹੈ, ਫਿਰ 500 ਤੋਂ ਅੱਗੇ ਜਿਹੜਾ ਵੱਖਰਾ ਰੇਟ ਹੁੰਦਾ ਹੈ। ਪਰ ਜਿਹੜੀਆਂ ਪਹਿਲੀਆਂ 100 ਯੂਨਿਟਾਂ ਨੇ ਜਿਹੜੀਆਂ ਗਰੀਬ ਪਰਿਵਾਰਾਂ ਦੇ ਲਈ ਕਹਿ ਸਕਦੇ ਹਾਂ ਉਹ 1 ਰੁਪਏ 19 ਪੈਸੇ ਦਾ ਰਹਿ ਗਿਆ।
ਜਿਹੜੀਆਂ ਉਸ ਤੋਂ ਅਗਲੀਆਂ 200 ਯੂਨਿਟਾਂ ਨੇ 100 ਤੋਂ 300 ਉਹ 4 ਰੁਪਏ 1 ਪੈਸੇ ਦੀਆਂ ਰਹਿ ਗਈਆਂ ਨੇ, ਜਿਹੜੀਆਂ 300 ਤੋਂ 500 ਨੇ ਉਹ 5 ਰੁਪਏ 76 ਪੈਸੇ ਦੀਆਂ ਰਹਿ ਗਈਆਂ ਨੇ। ਤਾਂ ਜਿਹੜੀ ਬਿਜਲੀ 10 ਰੁਪਏ ਯੂਨਿਟ ਜਾਂ 8 ਰੁਪਏ ਯੂਨਿਟ ਐਵਰੇਜ ਪੈਂਦੀ ਸੀਗੀ ਉਹ ਘਟ ਗਈ ਹੈ, ਤੇ ਇਸ ਦੇ ਨਾਲ ਵੱਡਾ ਫਾਇਦਾ ਆਮ ਲੋਕਾਂ ਨੂੰ ਹੋਣ ਵਾਲਾ ਹੈ, ਕਿਉਂਕਿ ਹਰ ਇੱਕ ਵਿਅਕਤੀ ਦੇ ਘਰੇ ਬਹੁਤ ਸਾਰੀਆਂ ਬਿਜਲੀ ਦੇ ਜਿਹੜੇ ਅਪਲਾਈਂਸਿਸ ਨੇ, ਯੰਤਰ ਨੇ, ਹਰ ਚੀਜ਼ ਜਿਹੜੀ ਆ ਉਹ ਮੋਬਾਈਲ ਤੋਂ ਲੈ ਕੇ ਐਲਸੀਡੀ ਤੋਂ ਲੈ ਕੇ ਰੈਫਰੀਜਰੇਟਰ ਤੱਕ, ਏਸੀ, ਕੂਲਰ, ਹਰ ਚੀਜ਼ ਗੀਜ਼ਰ ਤੋਂ ਲੈ ਕੇ, ਮਤਲਬ ਆਮ ਲੋਕਾਂ ਦੀ ਜਿਹੜੀ ਲਾਈਫ ਸਟਾਈਲ ਆ, ਆਮ ਵਰਤੋਂ ਦੀਆਂ ਚੀਜ਼ਾਂ ਨੇ, ਉਹ ਸਾਰੀਆਂ ਪ੍ਰੈਸ ਤੋਂ ਲੈ ਕੇ ਹਰ ਚੀਜ਼ ਜਿਹੜੀ ਆ ਬਿਜਲੀ ਨਾਲ ਚੱਲਦੀ ਹੈ, ਚਾਹੇ ਉਹ ਕਿਚਨ ਦੇ, ਚਾਹੇ ਜੂਸਰ ਤੋਂ ਲੈ ਕੇ, ਮਿਕਸਰ ਤੋਂ ਲੈ ਕੇ, ਚਾਹੇ ਕੁਝ ਵੀ ਆ, ਮਾਈਕ੍ਰੋਵੇਵ ਤੋਂ ਲੈ ਕੇ, ਹਰ ਚੀਜ਼ ਜਿਹੜੀ ਆ ਉਹ ਬਿਜਲੀ ਨਾਲ ਚੱਲਦੀ ਹੈ, ਜਿਸ ਕਰਕੇ ਸਿੱਧਾ ਫਾਇਦਾ ਜਿਹੜਾ ਇਹ ਆਮ ਲੋਕਾਂ ਨੂੰ ਹੋਣ ਦੀ ਸੰਭਾਵਨਾ ਬਣ ਗਈ ਹੈ। ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਅਤੇ ਹੁਣ ਤੱਕ ਦਾ ਇਸ ਨੂੰ ਜਿਸ ਢੰਗ ਦੇ ਨਾਲ ਸੀਐਮ ਚਰਨਜੀਤ ਸਿੰਘ ਚੰਨੀ ਕਹਿ ਰਹੇ ਸੀਗੇ ਕਿ ਇੱਕ ਇਤਿਹਾਸਕ ਫੈਸਲਾ ਹੈ, ਤਾਂ ਵਾਕਈ ਇਹ ਇਤਿਹਾਸਕ ਫੈਸਲਾ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਸਰਕਾਰ ਨੇ ਇਸ ਤਰ੍ਹਾਂ ਬਿਜਲੀ ਸਸਤੀ ਕੀਤੀ ਹੋਵੇ, ਹਾਲਾਂਕਿ ਇਸ ਦੇ ਨਾਲ ਪੰਜਾਬ ਦੇ ਖਜ਼ਾਨੇ 'ਤੇ 3300 ਕਰੋੜ ਦਾ ਹੋਰ ਬੋਝ ਪੈਣਾ, ਜਿਹੜੀ ਸਰਕਾਰ ਨੂੰ ਜਰਨਾ ਪੈਣਾ, 3300 ਕਰੋੜ ਹੋਰ ਅਦਾ ਕਰਨਾ ਪੈਣਾ। ਬਿਲਕੁਲ ਰਣਵੀਰ, ਇਸ ਦੇ ਨਾਲ ਹੀ ਇੱਕ ਹੋਰ ਵੱਡਾ ਫੈਸਲਾ ਜਿਹੜਾ ਸੁਣਾਇਆ ਗਿਆ, ਮੁਲਾਜ਼ਮਾਂ ਨੂੰ ਲੈ ਕੇ ਵੱਡਾ ਐਲਾਨ, ਡੀਏ 'ਚ 11% ਦੀ ਵਾਧਾ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਮੈਨੂੰ ਵੀ ਵਧਾਈ ਦਿਓ, ਮੇਰੀ ਘਰ ਵਾਲੀ ਨੂੰ ਵੀ ਹੁਣ ਫਾਇਦਾ ਮਿਲਣਾ ਇਸ ਐਲਾਨ। ਬਿਲਕੁਲ, ਜਿਸ ਦਿਨ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਿਆ ਤਾਂ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਕਿਹਾ ਸੀਗਾ ਕਿ ਅਸੀਂ ਇਹ ਮੁੱਦੇ ਸਹੀ ਕਰਾਂਗੇ, ਤਾਂ ਬਿਜਲੀ ਦੇ ਬਿੱਲ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ, ਕਿਹਾ ਕਿ ਮੇਰੇ ਪਤਨੀ ਡਾਕਟਰ ਨੇ ਅਤੇ ਉਹਨਾਂ ਦੇ ਜਿਹੜੀ ਤਨਖਾਹ ਦਾ ਅੱਧਾ ਹਿੱਸਾ ਤਾਂ ਬਿਜਲੀ ਬਿੱਲ ਦੇ ਵਿੱਚ ਚਲੇ ਜਾਂਦਾ ਹੈ, ਤਾਂ ਉਹਨਾਂ ਨੇ ਕਿਹਾ ਕਿ ਮੈਂ ਜਾਣਦਾ ਹਾਂ ਜ਼ਮੀਨੀ ਹਕੀਕਤ ਕੀ ਹੈ, ਅਤੇ ਮੇਰੇ ਘਰ ਦਾ ਬਿਜਲੀ ਦਾ ਬਿੱਲ ਜਿਹੜਾ ਹੈ ਉਹ ਮੇਰੇ ਧਰਮ ਪਤਨੀ ਅਦਾ ਕਰਦੇ ਨੇ। ਤਾਂ ਹੁਣ ਅੱਜ ਜਦੋਂ ਉਹਨਾਂ ਨੇ ਬਿਜਲੀ ਸਸਤੀ ਕੀਤੀ ਤਾਂ ਆਪਣੀ ਧਰਮ ਪਤਨੀ ਨੂੰ ਯਾਦ ਕਰਨਾ ਨਹੀਂ ਭੁੱਲੇ, ਥੋੜ੍ਹਾ ਹਾਸੇ ਮਜ਼ਾਕ ਦੇ ਵਿੱਚ, ਥੋੜ੍ਹਾ ਈਜ਼ੀ ਮੋਡ ਦੇ ਵਿੱਚ ਹੁੰਦਿਆਂ ਹੋਇਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਨੂੰ ਵੀ ਵਧਾਈ ਦਿਓ, ਕਿਉਂਕਿ ਮੁਲਾਜ਼ਮਾਂ ਦਾ ਡੀਏ ਵੀ ਵੱਧ ਗਿਆ, ਤਨਖਾਹ ਵਧਣੀ ਲਾਜ਼ਮੀ ਹੈ, ਅਤੇ ਬਿਜਲੀ ਦਾ ਬਿੱਲ ਘਟਿਆ ਹੈ, ਉਸ ਦੇ ਨਾਲ ਵੀ ਆਮ ਲੋਕਾਂ ਨੂੰ, ਮੁਲਾਜ਼ਮਾਂ ਨੂੰ ਲੈ ਕੇ ਸਾਰਿਆਂ ਨੂੰ ਇਸ ਦਾ ਫਾਇਦਾ ਹੋਣਾ ਹੈ। ਬਿਲਕੁਲ, ਇੱਕ ਇਤਿਹਾਸਿਕ ਫੈਸਲਾ, ਅਤੇ ਦੀਵਾਲੀ ਮੌਕੇ ਤੇ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵੱਡਾ ਤੋਹਫਾ ਦਿੱਤਾ ਹੈ, ਉਹਨਾਂ ਨਾਲ ਇਹ ਵੀ ਦੱਸ ਦਿੱਤਾ, ਦਿੱਲੀ ਦੇ ਨਾਲ ਵੀ ਰਣਵੀਰ ਕੰਪੈਰੀਜ਼ਨ ਕੀਤਾ ਤੇ ਨਾਲ ਇਹ ਵੀ ਕਿਹਾ ਕਿ ਪੰਜਾਬ ਉਹ ਸੂਬਾ ਹੈ ਜਿੱਥੇ ਕਿਹਾ ਜਾਂਦਾ ਸੀ ਸਭ ਤੋਂ ਮਹਿੰਗੀ ਬਿਜਲੀ, ਤੇ ਹੁਣ ਉਹੀ ਸੂਬਾ ਸਭ ਤੋਂ ਸਸਤੀ ਬਿਜਲੀ, 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ, ਵੱਡਾ ਐਲਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤਾ ਗਿਆ। ਬਿਲਕੁਲ, ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਨੂੰ ਲੈ ਕੇ, ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਮਾਡਲ ਦੀਆਂ ਗੱਲ ਕਰਦੀ ਹੈ ਕਿ ਦਿੱਲੀ ਦੇ ਵਿੱਚ ਕੀ ਹੈ, ਸੀਐਮ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਹੈ ਤਾਂ ਅਸੀਂ ਵੀ ਜਾਣਦੇ ਹਾਂ ਕਿ ਜਿਹੜਾ 200 ਯੂਨਿਟ ਤੱਕ ਬਿਜਲੀ ਆ ਉੱਥੇ ਬਿੱਲ ਮਾਫ਼ ਹੈ, ਜਦੋਂ 201 ਯੂਨਿਟ ਬਿਜਲੀ ਹੁੰਦੀ ਹੈ ਤਾਂ ਉੱਥੇ ਬਿੱਲ ਜਿਹੜਾ ਉਹ ਦੇਣਾ ਪੈਂਦਾ ਹੈ, ਅਦਾ ਕਰਨਾ ਪੈਂਦਾ ਹੈ। ਅਤੇ ਪੰਜਾਬ ਦੇ ਵਿੱਚ ਵੀ ਜਿਹੜੀ 200 ਯੂਨਿਟ ਬਹੁਤ ਸਾਰੇ ਵਰਗਾਂ ਦੇ ਲਈ ਉਹ ਪਹਿਲਾਂ ਹੀ ਜਿਹੜੀ ਮਾਫ਼ ਹੈਗੀ ਆ, ਪਹਿਲੇ 200 ਯੂਨਿਟ ਜਿਹੜੇ ਨੇ, ਜਿਹੜੇ BPL ਪਰਿਵਾਰ ਨੇ, ਗਰੀਬ ਪਰਿਵਾਰ ਨੇ, ਉਹਨਾਂ ਦੇ 200 ਯੂਨਿਟ ਪੰਜਾਬ ਦੇ ਵਿੱਚ ਆ, ਪਰ ਦਿੱਲੀ ਦੇ ਵਿੱਚ ਸਾਰਿਆਂ ਲਈ ਜਿਹੜੀ 200 ਯੂਨਿਟ ਸੀਗੀ, ਤਾਂ ਪਰ 201 ਯੂਨਿਟ ਆਉਣ 'ਤੇ ਉੱਥੇ ਬਿਜਲੀ ਦਾ ਬਿੱਲ ਅਦਾ ਕਰਨਾ ਪੈਂਦਾ ਸੀ। ਸੀਐਮ ਚਰਨਜੀਤ ਸਿੰਘ ਚੰਨੀ ਨੇ ਵੀ ਦੱਸਿਆ ਕਿ ਜਿਹੜੀ ਦਿੱਲੀ ਸਰਕਾਰ ਹੈ ਉਹ 2200 ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ ਘਰੇਲੂ ਖਪਤ ਦੇ ਵਿੱਚ, ਪਰ ਜਿਹੜੀ ਪੰਜਾਬ ਹੈ, ਹੁਣ ਜਿਹੜੀ ਪੰਜਾਬ ਸਰਕਾਰ ਹੈ ਉਹ 3300 ਕਰੋੜ ਰੁਪਇਆ ਦੀ ਸਬਸਿਡੀ ਜਿਹੜੀ ਆ ਉਹ ਅਦਾ ਕਰੇਗੀ। ਜਦਕਿ ਜੇਕਰ ਤੁਸੀਂ ਟਿਊਬਵੈਲਾਂ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਕਿਸਾਨੀ ਦੀ, ਤਾਂ ਪਹਿਲਾਂ ਹੀ ਜਿਹੜੀ ਕਿਸਾਨੀ ਨੂੰ ਲੈ ਕੇ ਟਿਊਬਵੈਲ ਨੇ ਉਹ ਮੁਫਤ ਬਿਜਲੀ ਹੈ, ਅਤੇ ਕਰੀਬ ਕਰੀਬ ਉਸਦਾ 10,000 ਕਰੋੜ ਰੁਪਇਆ ਜਿਹੜਾ ਬਿਜਲੀ ਦੀ ਸਬਸਿਡੀ ਆ ਪ੍ਰਤੀ ਸਾਲ ਉਹ ਪੰਜਾਬ ਸਰਕਾਰ ਅਦਾ ਕਰਦੀ ਹੈ, PSPCL ਨੂੰ ਦਿੰਦੀ ਹੈ। ਬਿਲਕੁਲ, ਇੱਕ ਵਾਰ ਫੇਰ ਤੋਂ ਦੱਸ ਦਿੰਦੇ ਹਾਂ, ਚਰਨਜੀਤ ਸਿੰਘ ਚੰਨੀ ਸਲੈਬ ਵਾਈਜ਼ ਜਿਹੜਾ ਐਲਾਨ ਕੀਤਾ ਗਿਆ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਦਾ, ਤਾਂ ਪਹਿਲਾਂ ਜਿਹੜਾ 100 ਯੂਨਿਟਾਂ ਦਾ ਜਿਹੜਾ ਜਿਹੜੀ ਕੀਮਤ ਸੀਗੀ ਪ੍ਰਤੀ ਯੂਨਿਟ ਉਹ 4 ਰੁਪਏ 19 ਪੈਸੇ ਸੀ, ਤਾਂ 3 ਰੁਪਏ ਦੀ ਕਟੌਤੀ ਜੇਕਰ ਤੁਸੀਂ ਸਵਿਚ ਕਰੋ ਤਾਂ ਹੁਣ ਇਹ 1 ਰੁਪਏ 19 ਪੈਸੇ, ਉਸ ਤੋਂ ਬਾਅਦ 300 ਯੂਨਿਟ ਦੀ ਜਿਹੜੀ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਤੁਹਾਡਾ ਬਿਜਲੀ ਦਾ ਬਿੱਲ ਆਉਂਦਾ ਸੀ, ਮਾਫ ਕਰਨਾ 7 ਦੀ ਜਗ੍ਹਾ ਤੇ ਹੁਣ 4 ਰੁਪਏ 7.1 ਪੈਸੇ ਦੇ ਹਿਸਾਬ ਦੇ ਨਾਲ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਦਾ ਬਿੱਲ ਆਉਂਦਾ ਸੀ, ਤਾਂ ਹੁਣ ਉਹੀ 300 ਯੂਨਿਟਾਂ ਦੇ 4 ਰੁਪਏ 1 ਪੈਸੇ ਦੇ ਹਿਸਾਬ ਦੇ ਨਾਲ ਬਿੱਲ ਆਉਣਾ ਹੈ, ਤੇ ਉਸ ਤੋਂ ਬਾਅਦ 300 ਤੋਂ ਲੈ ਕੇ 500 ਯੂਨਿਟਾਂ ਤੱਕ 5 ਰੁਪਏ 76 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਤੁਹਾਡਾ ਬਿੱਲ ਆਉਣਾ ਹੈ, ਜਿਹੜਾ ਕਿ ਪਹਿਲਾਂ 8 ਰੁਪਏ 76 ਪੈਸਿਆਂ ਦੇ ਹਿਸਾਬ ਦੇ ਨਾਲ ਆਉਂਦਾ ਸੀ, ਤੇ ਨਾਲ ਹੀ 7 ਕਿਲੋਵਾਟ ਤੋਂ ਵੱਧ ਦੇ ਲੋਕਾਂ ਨੂੰ ਇਹ ਰਾਹਤ ਨਹੀਂ ਮਿਲਣੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਜਿਹੜੇ ਲੋਕ ਨੇ ਘਰਾਂ ਦੇ ਵਿੱਚ ਜਿਹੜੀ ਘਰੇਲੂ ਬਿਜਲੀ ਦਾ ਦੀ ਖਪਤ ਹੁੰਦੀ ਹੈ, ਵਰਤੋਂ ਹੁੰਦੀ ਹੈ, ਉਹ ਇੰਨੀ ਜ਼ਿਆਦਾ ਨਹੀਂ ਹੁੰਦੀ। ਬਿਲਕੁਲ ਸੁਮਨ, ਥੋੜੇ ਸੌਖੇ ਸ਼ਬਦਾਂ ਵਿੱਚ ਸਮਝਾ ਦਈਏ ਕਿ ਜਦੋਂ ਮੈਂ ਗੱਲ ਕਰਾਂ ਆਪਣੀ ਤਾਂ ਮੇਰੀ ਜੇਬ ਦੇ ਵਿੱਚ ਕਿੰਨੇ ਪੈਸੇ ਵਾਪਸ ਆਉਣੇ ਨੇ, ਇਹ ਸੌਖੇ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਆਪਣੇ ਦਰਸ਼ਕਾਂ ਨੂੰ ਕਰਦੇ ਹਾਂ। ਜਿਵੇਂ ਇੱਕ ਮੰਨ ਲਈਏ ਕਿ ਕਿਸੇ ਦਾ ਜਿਹੜਾ ਪ੍ਰਤੀ ਯੂਨਿਟ 100 ਯੂਨਿਟਾਂ ਜੇ ਕੋਈ ਆਮ ਵਿਅਕਤੀ ਯੂਜ਼ ਕਰਦਾ ਹੈ, ਤਾਂ ਪਹਿਲਾਂ ਉਹਨੂੰ ਜਿਹੜਾ ਬਿੱਲ ਹੈ ਤਾਂ ਉਹ 400
19 रुपए का आता सीगा पहलियां 100 यूनिटा 1 महीने का, तो 2 महीने का 838 रुपया बिल उन्हूं अदा करना पैंदा सीगा। 838 रुपए दे विच्चों हुण उसनू 238 रुपए जिहड़ा है वह बिल अदा करना पैना है। तो करीब करीब तुसीं हिसाब लाओ कि उसका 700 रुपए के करीब उसनू फायदा हो गया उसकी जेब दे विच। पहलियां 100 यूनिटा की गल कर रहे हैं। उस तो अगे की गल की जाए जिहड़ियां हुण 4 रुपए यूनिट होगी, पहला 7 रुपए 1 पैसे से हुण 4 रुपए 1 पैसे होगी। तो 200 यूनिटा के हिसाब के जो 7 रुपए का बिल बनता है तो वह 1400 रुपए बनता है। 200 यूनिटा का 7 रुपए 1400 का बनता है, तो 4 रुपए के 200 यूनिटा का 800 रुपए बनता है, तो 600 रुपया 1 महीने का, 600 रुपया दूजे महीने का, 1200 रुपया तुम देखो कि 1200 रुपया यह हो गया, तो 800 रुपया पहला हो गया, 2000 रुपया तो हो गया 300 यूनिटा तक वाले, मतलब 200 से 100 यूनिट जेकर किसी दियाँ 300 यूनिटा तक फायदा हों तो देखो कि 800 से 1400 रुपया जोड़ा है वो बचना शुरू हो गया, भाव के 2200 रुपया 2 महीने का, 1100 रुपया प्रति महीने का। यह 300 यूनिटा तक की असं गल कर रहे हैं। जो उस तो अगे चलते हैं क्योंकि एसी यूज़ होंगे ने गर्मियों के, गर्मियों के बिल जोड़ा है वह ज़्यादा आता है, सर्दियों के उन्ना नहीं आता जिन्ना गर्मियों के आता है। तो जो असी गर्मियों की गल करते हैं, जो असं 300 से 500 यूनिटा तक अगे जाने तो उदो जो 8 रुपए 76 पैसे यूनिट का रेट सी, तो 8 रुपए के हिसाब के नाल हिसाब लाओ कि जो 200 यूनिट है तो 1600-1700 रुपया बिजली का बिल प्रति महीना, तो 1700-3400 रुपया जोड़ा 2 महीने का बिल, तो हूँ वह घट के 5 रुपए 76 पैसे रह गया। भाव के जोड़ा जो तुम 200 यूनिटा का देखते हो तो 600 रुपया 1200 रुपया जोड़ा तो फायदा हो गया। तो 1200 से 1400 से 600 1800 से 2200 से 3200 रुपए का तुहानू जेकर बिल 500 तक भी आता है तो 3200 रुपए का फायदा हो गया। मैं लगता एक चंगी रकम इसनू कहा जा सकता है कि तुसी तुहाडी जेब जिहड़ी हौली हुंदी सीगी, बिल्कुल 3200 रुपया जे 500 यूनिट तक भी तुसी जाने हो तां भी तुहानू फायदा जिहड़ा है चन्नी सरकार दे वल्लों दित्ता गया। इसे करके सीएम चन्नी कहिंदे ने कि 95% लोकां नू इसका फायदा होएगा। हालांकि 7 किलोवाट लोड बहुत हुंदा है, तुसी देखो कि जे तुहाडे घर दे विच आम करके जिहड़ा 2-3 किलोवाट तक बोझ जिहड़ा हुंदा है इलैक्ट्रिसिटी दा, क्योंकि जे तुसी 1 टन दा एसी भी आ बाकी अपलायंसिज ने 2 किलोवाट उहदियां ला लो 1 किलोवाट मतलब 3-4 तक बहुत हद तक जिहड़ा आम घरां दा जिहड़ा किलोवाट है वह जांदा है। 7 किलोवाट तक बिल जिहड़ा है वह आम घरां दा वड्डे घरां दा हो सकदा है, पर जिहड़ियां छोटियां फैमिलियां ने पिंडां दे विच लोक रहिंदे ने बिल्कुल ठीक है तुसीं जी। ए, ए, जी जी ਵੱਡਾ ਇਤਿਹਾਸਿਕ ਫੈਸਲਾ ਜਿਸ ਤਰ੍ਹਾਂ ਰਣਵੀਰ ਨੇ ਵਿਸਤਾਰ ਦੇ ਵਿੱਚ ਸਮਝਾਇਆ ਕਿ ਹੁਣ ਬਚਤ ਕਿਸ ਤਰ੍ਹਾਂ ਹੋਣੀ ਹੈ, ਕਿਉਂ ਪੰਜਾਬ ਵਾਸੀਆਂ ਨੂੰ ਇਹ ਇਤਿਹਾਸਿਕ ਫੈਸਲਾ ਜਾਂ ਵੱਡਾ ਦੀਵਾਲੀ ਦਾ ਤੋਹਫਾ ਕਿਹਾ ਜਾ ਰਿਹਾ। ਤੁਹਾਡੀ ਹੁਣ ਜਦੋਂ ਤੁਹਾਡਾ ਬਿਜਲੀ ਦਾ ਬਿੱਲ ਆਉਣਾ ਹੈ ਤਾਂ ਜੇਬ ਤੇ ਭਾਰ ਪੈਂਦਾ ਸੀ, ਹੁਣ ਉਹ ਭਾਰ ਘਟ ਜਾਣਾ ਹੈ, ਤੁਹਾਡੀ ਬਚਤ ਹੋਣੀ ਹੈ, ਕਿਉਂਕਿ ਲੋਕ ਕਹਿੰਦੇ ਸੀ ਕਿ ਸਾਡੇ ਤਾਂ ਰੋਟੀ ਪਾਣੀ ਰਾਸ਼ਨ ਬਿਜਲੀ ਦੇ ਬਿੱਲ ਹੀ ਨਹੀਂ ਪੂਰੇ ਹੁੰਦੇ, ਅਸੀਂ ਹੋਰ ਜਿਹੜੇ ਸ਼ੌਂਕ ਨੇ ਉਹ ਕਿਵੇਂ ਪੂਰੇ ਕਰਾਂਗੇ। ਬਿਲਕੁਲ ਇੱਕ 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 ਇਹ ਵੀ ਸਵਾਲ ਹੈ ਸੁਮਨ ਕਿ ਜਿਹੜਾ ਹੁਣ ਬਿਜਲੀ ਦਾ ਬਿੱਲ ਆਉਣਾ ਹੈ, ਤੁਸੀਂ ਦੇਖੋ ਕਿ ਨਵੰਬਰ ਸ਼ੁਰੂ ਹੋ ਗਿਆ तो इस सरकार दे विच तां ओ बिल आ नहीं पाउणा हैगा, क्योंकि जिहड़े पहला बिल सीगे ओ आ चुके ने, तो नवंबर दसंबर दा बिल जिहड़ा जनवरी दे विच आउणा है, तो पंजाब सरकार दे इस दौरान बिल नहीं आउणा। इसे करके चरणजीत सिंह चन्नी ने कहा जरूर है कि इसे बिल्कुल अज तो लागू होणगीआं, पर बहुत सारे लोग यह कह रहे हैं कि बिजली का बिल तो भेज दिता गया, हालांकि यह फैसला जिहड़ा है कि निरंतर लागू रहिंदा है, यह भी वड्डा सवाल है कि कांग्रेस रिपीट करदी है कि दूसरियां सरकारां आउंदियां ने, कि पंजाब दे लोक इस नूं बेहतर फैसला मनदे होए वोटां कांग्रेस सरकार नूं पा देणगे जां नहीं पाउणगे, तां इह वड्डा सवाल है जिहड़ा ओह बणिआ होइआ। इस तों बिना दी गल कीती जावे कई होर फैसले पिछले दिनां दे विच कीते गए कि 31 अगस्त तक दा बिजली बिल दा बकाया जिन्हां तों नहीं सी दे होइआ, जिहड़े डिफाल्टर सीगे जिन्हां दा पेंडिंग सीगा, हालांकि उस दे विच सवाल जरूर चुक होए हरमिंदर सिंह गिल जिहड़े विधायक ने उहनां ने जिहड़ा उन्हां दा 1,19,000 रुपए का बिल माफ़ होण ते लोकां ने सवाल चुके, पर बहुत सारे आम लोगों का भी उस दे विच फायदा जरूर होया है। तो जिस ढंग दे नाल तुसीं ये देखो कि जिहड़ा 3 रुपए प्रति यूनिट बिजली सस्ती करन दा फैसला आम लोगों को फायदेमंद जरूर साबित होगा, बाकी आने वाले जदों समा आऊगा नोटिफिकेशन, क्योंकि जिहड़ियां गल्लां सीएम चन्नी ने कीतियां ने वो वर्बली कीतियां ने प्रेस कॉन्फ्रेंस दे विच कीतियां ने, हालांकि उही हूबहू लागू होएगा, पर कितें कोई अंदरली घुंडी तो नहीं छड़ी गई, कितने कोई स्टार पा के टर्म्स एंड कंडीशन अपलाई तो नहीं की गई, जो प्रॉपर ढंग हो रहा जाएगा। पर हूँ तक की गल की जाए तो असं तुम्हें दस रहे हैं कि 3,3200-3500 यूनिटा तक वाले का फायदा, तो 300-400 यूनिटा तक
400 ਯੂਨਿਟਾਂ ਤੱਕ 1600 ਰੁਪਏ ਜਾਂ ਪਹਿਲੀਆਂ 100 ਯੂਨਿਟਾਂ ਤੱਕ ਵੀ 300 2 ਮਹੀਨੇ ਦਾ 600 ਰੁਪਿਆ ਤੁਹਾਨੂੰ ਬਚਣਾ ਤੈਅ। ਬਿਲਕੁਲ ਵੱਡਾ ਅਪਡੇਟ ਇਸ ਵੇਲੇ ਦਾ ਅਸੀਂ ਸਕਰੀਨ 'ਤੇ ਲਗਾਤਾਰ ਤੁਹਾਨੂੰ ਗ੍ਰਾਫਿਕਸ ਰਾਹੀਂ ਵੀ ਸਮਝਾ ਰਹੇ ਹਾਂ ਕਿ ਅੱਜ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਾਸੀਆਂ ਨੂੰ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਕਿਹੜਾ ਵੱਡਾ ਤੋਹਫਾ ਦਿੱਤਾ ਹੈ ਤਾਂ ਦੱਸ ਦਈਏ ਕਿ ਬਿਜਲੀ ਬਿੱਲ ਨੂੰ ਲੈ ਕੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਆਮ ਤੌਰ 'ਤੇ ਆਮ ਆਦਮੀ ਦੀ ਜੇਬ 'ਤੇ ਬੋਝ ਪਿਆ ਰਹਿੰਦਾ ਤਾਂ ਅੱਜ 3 ਰੁਪਏ ਪ੍ਰਤੀ ਯੂਨਿਟ ਕਟੌਤੀ ਦੇ ਹਿਸਾਬ ਦੇ ਨਾਲ ਤੁਹਾਡੀ ਬਜਟ ਕਿਸ ਤਰ੍ਹਾਂ ਹੋਣੀ ਹੈ ਵੀ ਅਸੀਂ ਤੁਹਾਨੂੰ ਦੱਸ ਦਿੱਤਾ ਹੈ ਤਾਂ ਅੱਜ ਪੰਜਾਬ ਵਾਸੀਆਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਸੀਐਮ ਚਰਨਜੀਤ ਸਿੰਘ ਚੰਨੀ ਨੇ ਵੱਡਾ ਐਲਾਨ ਕੀਤਾ ਹੈ ਕਿਉਂਕਿ ਜੋ ਕੱਲ ਆਪਣੇ ਟਵਿੱਟਰ ਹੈਂਡਲ ਤੇ ਉਹਨਾਂ ਕਿਹਾ ਸੀ ਕਿ ਮੈਂ ਕੱਲ 4 ਵਜੇ ਯਾਨੀ ਕਿ ਅੱਜ ਸ਼ਾਮ 4 ਵਜੇ ਸੋਮਵਾਰ ਨੂੰ 4 ਵਜੇ ਇਤਿਹਾਸਕ ਫੈਸਲਾ ਸੁਣਾਉਣਾ ਹੈ ਪੰਜਾਬ ਵਾਸੀਆਂ ਦੇ ਲਈ ਤਾਂ ਇਹ ਜੋ ਕਿਆ ਸਰਾਈਆਂ ਸਨ ਇਹ ਜੋ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਕੀ ਫੈਸਲਾ ਹੋ ਸਕਦਾ ਹੈ ਤਾਂ ਮੁਫਤ ਤੇ ਸਸਤੀ ਬਿਜਲੀ ਨੂੰ ਲੈ ਕੇ ਜੋ ਤੀਰ ਲੱਗ ਰਿਹਾ ਸੀ ਨਿਸ਼ਾਨੇ ਤੇ ਹੁਣ ਲੱਗ ਚੁੱਕਾ ਜਿਹੜਾ ਤੀਰ ਹੈ ਸਸਤੀ ਬਿਜਲੀ ਕਿਉਂਕਿ ਜਿਹੜਾ ਸਰਵੇ ਕਰਵਾਇਆ ਗਿਆ ਮੁੱਖ ਮੰਤਰੀ ਦੇ ਵੱਲੋਂ ਸਰਵੇ ਦੇ ਵਿੱਚ ਉਹਨਾਂ ਕਿਹਾ ਕਿ ਲੋਕਾਂ ਨੇ ਮੁਫਤ ਬਿਜਲੀ ਦੀ ਮੰਗ ਨਹੀਂ ਕੀਤੀ ਉਹਨਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਕਿਹਾ ਕਿ ਸਾਨੂੰ ਸਸਤੀ ਬਿਜਲੀ ਦਿੱਤੀ ਜਾਏ ਕੱਟਾਂ ਤੋਂ ਜਿਹੜੀ ਉਹ ਰਾਹਤ ਮਿਲੇ ਫਲਕਚੁਏਸ਼ਨਸ ਤੋਂ ਰਾਹਤ ਮਿਲੇ ਤਾਂ ਸਸਤੀ ਬਿਜਲੀ ਦੀ ਮੰਗ ਕੀਤੀ ਹੈ ਤੇ ਇਹ ਜੋ ਇਤਿਹਾਸਕ ਫੈਸਲਾ ਸੁਣਾਇਆ ਗਿਆ ਇਸ ਦਾ 95% ਪੰਜਾਬ ਵਾਸੀਆਂ ਨੂੰ ਕਿਸ ਤਰ੍ਹਾਂ ਸਿੱਧਾ ਫਾਇਦਾ ਮਿਲਣਾ ਹੈ ਇਹ ਵੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਤੇ ਇਹ ਜਿਹੜੀਆਂ ਨਵੀਆਂ ਦਰਾਂ ਨੇ ਜਿਸ ਦਾ ਐਲਾਨ ਮੁੱਖ ਮੰਤਰੀ ਨੇ ਕੀਤਾ ਉਹ ਬਿਲਕੁਲ ਅੱਜ ਤੋਂ ਸ਼ੁਰੂ ਹੋਣਗੀਆਂ ਤੇ ਜਦੋਂ ਬਿਜਲੀ ਦਾ ਬਿੱਲ ਆਉਣੇ ਨੇ ਰਣਵੀਰ ਜਦੋਂ ਇਸ ਐਲਾਨ ਤੋਂ ਬਾਅਦ ਪਹਿਲੀ ਵਾਰ ਬਿਜਲੀ ਦਾ ਬਿੱਲ ਆਉਣੇ ਨੇ ਉਦੋਂ ਕਲੀਅਰ ਹੋਏਗਾ ਜਿਸ ਤਰ੍ਹਾਂ ਤੁਸੀਂ ਲੂਪ ਹੋਲਸ ਦੀ ਗੱਲ ਕੀਤੀ। ਬਿਲਕੁਲ ਬਿਲਕੁਲ।